ਪੰਜਾਬ ਦੇ ਵਿਚ ਹੋਈਆਂ ਮਿਊਂਸੀਪਲ ਇਲੈਕਸ਼ਨ ਦੇ ਵਿਚ ਕੱਲ ਜਿਸ ਤਰ੍ਹਾਂ ਲਗਭਗ ਬਹੁਤੇ ਸ਼ਹਿਰਾਂ ਦੇ ਵਿਚ ਗੁੰਡਾਗਰਦੀ ਕੀਤੀ ਗਈ, ਚਾਹੇ ਉਹ ਇਧਰ ਅਬੋਹਰ ਫਾਜ਼ਿਲਕਾ ਦਾ ਏਰੀਆ ਹੋਵੇ ਜਾਂ ਪਟਿਆਲੇ ਦਾ ਏਰੀਆ ਹੋਵੇ ਰਾਜਪੁਰੇ ਦਾ ਏਰੀਆ ਹੋ ਜਾਵੇ, ਤੇ ਪੱਟੀ ਤਾਂ ਬਹੁਤ ਜ਼ਿਆਦਾ ਸਿਤਮਦਰੀ ਕੀਤੀ ਗਈ ਔਰ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਦਾ ਇੰਨਾ ਮਿਸਯੂਜ਼ ਕੀਤਾ ਗਿਆ ਕਿ ਗੋਲੀ ਤੱਕ ਮਾਰ ਦਿੱਤੀ ਗਈ ਪੱਟਾਂ ਦੇ ਵਿਚ ਮੁੰਡੇ ਦੇ ਗੋਲੀ ਮਾਰਤੀ ਗਈ ਔਰ ਮੁੰਡੇ ਨੇ ਬਿਆਨ ਇਹ ਦਿੱਤਾ ਕਿ DSP ਨੇ ਕਹਿ ਕੇ ਜਿਹੜਾ ਸਥਾਨਕ DSP ਨੇ ਕਹਿ ਕੇ ਗੋਲੀ ਕਰਵਾਈ ਹੈ। ਇਹ ਬੜਾ ਮੰਦਭਾਗ ਹੈ। ਕੱਲ ਰਾਤੀ ਮੈਂ ਪੱਟੀ ਜਾ ਕੇ ਆਇਆ, ਅੱਜ ਵੀ ਸਾਡੇ ਪਾਰਟੀ ਦੇ ਹੋਰ ਲੀਡਰ ਸਾਹਿਬਾਨ ਜਾਣਗੇ ਆਮ ਆਦਮੀ ਪਾਰਟੀ ਦੇ, ਲੇਕਿਨ ਸਿਆਸਤ ਅਮਰਿੰਦਰ ਸਿੰਘ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਅਗਰ ਬਾਦਲਾਂ ਨੇ ਆਪਣੀ ਸਰਕਾਰ ਦੇ ਸਮੇਂ ਵਧੀਕੀਆਂ ਕੀਤੀਆਂ ਸੀ, ਨਸ਼ੇ ਵਾਲਿਆਂ ਦਾ ਸਾਥ ਦਿੱਤਾ ਸੀ, ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਇਕ ਵਰਦੀਧਾਰੀ ਥਾਣੇਦਾਰ ਆਪਦੀ ਬੇਟੀ ਦੀ ਇੱਜ਼ਤ ਬਚਾਉਂਦਾ ਹੋਇਆ ਉਹਨੂੰ ਮਤਲਬ ਗੋਲੀਆਂ ਮਾਰ ਦਿੱਤੀਆਂ ਗਈਆਂ, ਇਸ ਤਰ੍ਹਾਂ ਦੇ ਜ਼ੁਲਮ ਉਸਤਮ ਕਰਕੇ ਬਾਦਲਾਂ ਨੂੰ ਲੋਕਾਂ ਨੇ ਬਿਲਕੁਲ ਪੂਰੀ ਸਜ਼ਾ ਦੇ ਰਹੇ ਆ, ਤੇ ਕੈਪਟਨ ਅਮਰਿੰਦਰ ਸਿੰਘ ਲੋਕ ਮਾਫ਼ ਤੁਹਾਨੂੰ ਵੀ ਨਹੀਂ ਕਰਨਗੇ।